Chamadan. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਹੁਣ ਕਹਿੰਦੇ ਪੰਜਾਬ ਦੇ ਢਿੱਲੋਂ ਸਾਹਿਬ, ਕੱਲ੍ਹ ਬੜਾ ਸੋਹਣਾ ਖੂਬਸੂਰਤ ਆਪਾਂ ਕਹਿ ਸਕਦੇ ਹਾਂ ਕਿ ਏਕਾ ਜਿਹੜਾ ਦਿਖਾਈ ਸਾਨੂੰ ਦਿੱਤਾ, ਏਕਾ ਦਿਸਿਆ ਜੀ ਸਾਨੂੰ ਸਾਡੇ ਐਮ ਪੀਸ ਦੇ ਵਿੱਚ, ਅਤੇ ਢਿੱਲੋਂ ਸਾਹਿਬ ਪੰਜਾਬ ਦੇ ਐਮ ਪੀਆਂ ਨੇ ਫਿਰ ਲੰਗਰ ਨੂੰ ਦੇ ਜੀ ਐਸ ਟੀ ਹਟਾਉਣ ਨੂੰ ਲੈ ਕੇ ਜਿਹੜਾ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਇੱਕ ਮੰਚ 'ਤੇ ਇਕੱਠੇ। ਦੇਖੋ, ਪਾਰਟੀ ਪੱਧਰ ਤੋਂ ਉੱਪਰ ਉੱਠਣ ਦੀ ਜਿਹੜੀ ਇਹ ਪਿਰਤ ਪਾਈ ਹੈ ਪੰਜਾਬ ਦੇ ਐਮ ਪੀਆਂ ਨੇ, ਸ਼ਲਾਘਾਯੋਗ ਹੈ। ਅਸਲ ਦੇ ਵਿੱਚ ਕਿਸੇ ਵੀ ਚੀਜ਼ ਦਾ ਕੋਈ ਪ੍ਰੇਰਨਾ ਸਰੋਤ ਹੁੰਦਾ ਜੀ, ਕਿੱਥੋਂ ਪ੍ਰੇਰਨਾ ਮਿਲਦੀ ਹੈ। ਪੰਜਾਬ ਦਾ ਬਜਟ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਜਟ ਸੈਸ਼ਨ ਹੋਇਆ ਸੀ, ਗਵਰਨਰ ਦਾ ਭਾਸ਼ਣ ਵੀ ਹੋਇਆ ਸੀ, ਮੁੱਖ ਮੰਤਰੀ ਗਵਰਨਰ ਦੇ ਭਾਸ਼ਣ ਦਾ ਜਦੋਂ ਜਵਾਬ ਦੇ ਰਹੇ ਸੀ ਜੀ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜਾ ਲੰਗਰ ਹੈ ਗੁਰੂ ਘਰ ਦਾ ਲੰਗਰ ਜੀ, ਇਹ ਜਾਤ ਨਹੀਂ ਵੇਖਦਾ, ਮਜ਼ਹਬ ਨਹੀਂ ਦੇਖਦਾ, ਇਹ ਕੋਈ ਸਰਹੱਦਾਂ ਦੇ ਹੱਦਾਂ ਬੰਨੇ ਨਹੀਂ ਦੇਖਦਾ। ਕੋਈ ਵੀ ਬੰਦਾ ਜਿੱਥੋਂ ਵੀ ਕਿਤੇ ਆਵੇ, ਗੁਰੂ ਘਰ ਦੇ ਵਿੱਚ ਆਵੇ ਤਾਂ ਗੁਰੂ ਘਰ ਦੇ ਵਿੱਚ ਉਹਨੂੰ ਲੰਗਰ ਮਿਲਦਾ ਹੈ ਜੀ, ਉਹਨੂੰ ਬਗੈਰ ਕਿਸੇ ਵਿਤਕਰੇ ਦੇ ਲੰਗਰ ਵਰਤਾਇਆ ਜਾਂਦਾ ਹੈ। ਗੱਲ ਆਪਾਂ ਗੁਰੂ ਘਰ ਦੀ ਕਰਦੇ ਹਾਂ, ਮੈਂ ਗੁਰੂ ਘਰ ਤੋਂ ਵੀ ਬਾਹਰ ਨਿਕਲ ਕੇ ਗੱਲ ਕਰਦਾ ਜੀ। ਤੁਸੀਂ ਦੇਖਿਆ ਹੋਣਾ ਵੀ ਪਿਛਲੇ ਸਮੇਂ ਦੇ ਵਿੱਚ ਦੁਨੀਆਂ 'ਚ ਆਫਤਾਂ ਬੜ ਗਈਆਂ ਹੈਗੀਆਂ। ਉਹਨਾਂ ਆਫਤਾਂ ਦੇ ਦੌਰਾਨ ਉਹਨਾਂ ਥਾਵਾਂ 'ਤੇ ਜਿੱਥੇ ਮਨੁੱਖ ਦਾ ਪਹੁੰਚਣਾ ਵੀ ਬੜਾ ਮੁਸ਼ਕਲ ਹੁੰਦਾ, ਫਰਜ਼ ਕਰੋ ਜਿਵੇਂ ਇਰਾਕ ਦੇ ਵਿੱਚ ਆਈ ਐੱਸ ਆਈ ਦੇ ਹਮਲੇ ਹੁੰਦੇ ਸੀ, ਲੋਕ ਭੁੱਖ ਨਾਲ ਤਰਾ ਤਰਾ ਕਰਦੇ ਸੀ, ਉੱਥੇ ਵੀ ਗੁਰੂ ਦਾ ਖਾਲਸਾ ਜੀ ਲੰਗਰ ਪਹੁੰਚਾਉਂਦਾ ਰਿਹਾ। ਫਿਰ ਤੁਸੀਂ ਇੱਕ ਪ੍ਰੋਗਰਾਮ ਦੇਖਿਆ ਹੋਣਾ, ਟੀ ਵੀ ਪ੍ਰੋਗਰਾਮ ਜੀ, ਉਹ ਰਵੀਸ਼ ਕੁਮਾਰ ਨੇ ਐਨ ਡੀ ਟੀ ਵੀ ਦੇ ਉੱਤੇ ਪੇਸ਼ ਕੀਤਾ ਸੀ, ਅਤੇ ਰਵੀਸ਼ ਕੁਮਾਰ ਨੇ ਉਹਦਾ ਪ੍ਰੋਗਰਾਮ ਪੇਸ਼ ਕੀਤਾ ਸੀ, ਉਹ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ, ਖਾਸ ਕਰਕੇ ਜਿਹੜਾ ਆਪਣੇ ਪਾਰਲੀਮੈਂਟ ਹਾਊਸ ਦੇ ਨੇੜੇ ਗੁਰੂ ਘਰ ਹੈ, ਉੱਥੋਂ ਲੰਗਰ ਜਿਹੜਾ ਹੈਗਾ, ਜਿਸ ਤਰ੍ਹਾਂ ਲੰਗਰ ਦੀ ਪ੍ਰਥਾ ਸਾਡੀ ਸਾਰੀ ਦੁਨੀਆਂ 'ਚ ਹੀ ਚੱਲਦੀ ਜਿਹੜੀ ਉੱਥੋਂ ਚੱਲਦੀ ਹੈ ਜੀ, ਕਿ ਇੱਕ ਤਾਂ ਉਹ ਲੋਕ ਜਿਹੜੇ ਲੋਕ ਭੁੱਖੇ ਤੇ ਹੈ ਹੀ ਹੈ, ਉਹ ਜਦੋਂ ਗੁਰੂ ਘਰ ਜਾਂਦੇ ਆ ਉਹਨਾਂ ਨੂੰ ਲੰਗਰ ਮਿਲਦਾ ਹੈ ਜੀ, ਇੱਕ ਲੋਕ ਉਹ ਜਿਹੜੇ ਆਪਣੇ ਹੱਕਾਂ ਦੀ ਖਾਤਰ, ਆਪਣੇ ਹਿੱਤਾਂ ਦੀ ਖਾਤਰ ਦਿੱਲੀ ਦੇ ਵਿੱਚ ਪ੍ਰੋਟੈਸਟ ਕਰਨ ਵਾਸਤੇ ਆਉਂਦੇ ਹੈ ਜੀ, ਉਹ ਭੁੱਖੇ ਤੇ ਆਏ ਹੈ ਤੇ ਉਹਨਾਂ ਨੂੰ ਲੰਗਰ ਉਸ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਂਦਾ। ਮੇਰੀ ਯਾਦ ਆ ਉਹਨਾਂ ਦਿਨਾਂ ਦੇ ਵਿੱਚ ਤਾਮਿਲਨਾਡੂ ਦੇ ਕਿਸਾਨ ਜੀ ਪ੍ਰੋਟੈਸਟ ਕਰਨ ਵਾਸਤੇ ਆਏ ਸੀ ਆਪਣੀਆਂ ਮੰਗਾਂ ਦੇ ਹੱਕ ਵਿੱਚ, ਤੇ ਸਰਕਾਰਾਂ ਨੇ ਜਦੋਂ ਧਿਆਨ ਨਹੀਂ ਸੀ ਨਾ ਦਿੱਤਾ, ਉਦੋਂ ਉਹਨਾਂ ਨੇ ਦੁਨੀਆਂ ਨੂੰ ਇਹ ਦਰਸਾਉਣ ਵਾਸਤੇ ਕਿ ਸਾਡੇ ਵੀ ਪੇਟ ਦੀ ਅੱਗ ਹੈ ਜਿਹੜੀ ਉਹ ਖੁਰਾਕ ਭਾਲਦੀ ਹੈ ਪੇਟ ਦੀ ਅੱਗ ਬੁਝਾਉਣ ਲਈ, ਉਹਨਾਂ ਨੇ ਆਪਣੇ ਮੂੰਹਾਂ ਦੇ ਵਿੱਚ ਚੂਹੇ ਫੜ ਕੇ ਜੀ ਜੀ ਦੰਦਾਂ ਦੇ ਵਿੱਚ ਚੂਹੇ ਫੜ ਕੇ ਕਿਸਮ ਦਾ ਰੱਖਣ ਜਿਹੜਾ ਪ੍ਰੋਟੈਸਟ ਕੀਤਾ ਸੀ, ਅਤੇ ਉਸ ਵੇਲੇ ਜੀ ਉਹਨਾਂ ਨੂੰ ਲੰਗਰ ਪਾਣੀ ਉਹਨਾਂ ਨੂੰ ਵੀ ਜਿਹੜਾ ਸਾਡੇ ਗੁਰੂ ਘਰ ਦੇ ਵਿੱਚੋਂ ਦਿੱਲੀ ਵਾਲੇ ਜੀ ਚੋਂ ਪ੍ਰੋਵਾਈਡ ਕੀਤਾ ਜਾਂਦਾ ਸੀ। ਰਵੀਸ਼ ਕੁਮਾਰ ਨੇ ਜਿਹਦੇ ਸਾਰਾ ਕੁਝ ਦੇਖਿਆ ਅਤੇ ਉਹਨਾਂ ਨੇ ਇੱਕ ਬੜਾ ਵਧੀਆ ਪ੍ਰੋਗਰਾਮ ਇਹਦੇ 'ਤੇ ਪੇਸ਼ ਕੀਤਾ ਸੀ। ਆਮ ਤੌਰ 'ਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈਗਾ ਕਈ ਵਾਰੀ ਧੁਆਂਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਤਾਕਤਾਂ ਵੱਲੋਂ, ਬੜਾ ਉਹਨਾਂ ਬਾਰੇ ਊਲ ਜਲੂਲ ਪ੍ਰਚਾਰ ਕੀਤਾ ਜਾਂਦਾ, ਪਰ ਰਵੀਸ਼ ਕੁਮਾਰ ਨੇ ਸਾਰੇ ਜਿਹੜੇ ਭਰਮ ਭੁਲੇਖੇ ਨੂੰ ਤੋੜ ਕੇ ਦੱਸਿਆ ਸੀ ਕਿ ਇਹ ਦੁਨੀਆਂ ਦਾ ਇੱਕ ਨਿਵੇਕਲਾ ਧਰਮ ਹੈ ਜਿਹੜਾ ਬਗੈਰ ਵਿਤਕਰੇ ਤੋਂ ਲੋਕਾਂ ਨੂੰ ਰੋਟੀ ਤਕਸੀਮ ਕਰਦਾ, ਉਹਨਾਂ ਨੂੰ ਲੰਗਰ ਛਕਾਉਂਦਾ ਹੈ।
ਸੋ ਜੇ ਆਪਾਂ ਹੁਣ ਇਸ ਲਿਹਾਜ਼ ਨਾਲ ਦੇਖੀਏ ਤਾਂ ਇਹੋ ਜਿਹੇ ਜਿਹੜੇ ਲੰਗਰ ਹੈ ਜੀ, ਉਹਨਾਂ ਲੰਗਰਾਂ ਨੂੰ ਤਾਂ ਸਰਕਾਰਾਂ ਵੱਲੋਂ ਛੋਟ ਮਿਲਣੀ ਚਾਹੀਦੀ ਹੈ। ਔਰ ਇਹ ਸਾਡਾ ਧਰਮ ਕਿੱਡਾ ਵੱਡਾ ਹੈ, ਕਹਿੰਦੇ ਵੀ ਜਦੋਂ ਇੱਕ ਬਾਦਸ਼ਾਹ ਆਇਆ ਸੀ ਅਤੇ ਬਾਦਸ਼ਾਹ ਨੂੰ ਵੀ ਮਤਲਬ ਹਰਿਮੰਦਰ ਸਾਹਿਬ ਦੇ ਵਿੱਚ ਇਹ ਕਹਿਤਾ ਸੀ ਕਿ ਭਾਈ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਣਾ ਪੈਣਾ, ਬਾਦਸ਼ਾਹ ਨੂੰ ਵੀ ਬਾਦਸ਼ਾਹ ਵਾਲੀ ਗੱਲ ਨਹੀਂ, ਉਹਨੂੰ ਆਮ ਸੰਗਤ ਦੀ ਤਰ੍ਹਾਂ ਇੱਕ ਸਧਾਰਨ ਬੰਦਾ ਬਣਨਾ ਪੈਣਾ। ਚਲੋ ਉਹ ਵੀ ਸਾਰਾ ਕੁਛ ਹੋਇਆ ਕੀਤਾ ਕਰਾਇਆ। ਜੀ ਐਸ ਟੀ ਇੱਕ ਟੈਕਸ ਆ ਗਿਆ, ਇਹਨੂੰ ਕਹਿੰਦੇ ਇਕਸਾਰ ਟੈਕਸ ਹੈ ਜਿਹੜਾ ਸਾਰੇ ਦੇਸ਼ ਦੇ ਵਿੱਚ ਲਾਉਣਾ। ਜੀ ਐਸ ਟੀ ਦੇ ਰਾਹੀਂ ਟੈਕਸ ਜੀ ਸਾਡੇ ਲੰਗਰ 'ਤੇ ਵੀ ਲੱਗ ਗਿਆ, ਖਾਸ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਵਾਲਾ ਜਿਹੜਾ ਲੰਗਰ ਚੱਲਦਾ ਉਹਦੇ 'ਤੇ। ਅਤੇ ਅੰਕੜੇ ਦੱਸਦੇ ਆ ਕਿ ਜਿਹੜਾ ਮਾਲੀ ਵਰ੍ਹਾ ਬੀਤ ਚੁੱਕਿਆ ਜੀ 17-18 ਵਾਲਾ, ਇਹਦੇ ਵਿੱਚ ਜੀ ਜੀ ਐਸ ਟੀ ਨੂੰ ਬਹੁਤਾ ਲੰਬਾ ਚਿਰ ਨਹੀਂ ਹੋਇਆ, ਅਜੇ ਸਾਲ ਪੂਰਾ ਨਹੀਂ ਹੋਇਆ, 2 ਕਰੋੜ ਰੁਪਈਆ ਗੁਰੂ ਘਰ ਦੀ ਗੁਰੂ ਕੀ ਗੋਲਕ ਦੇ ਵਿੱਚੋਂ ਟੈਕਸ ਦਾ ਦਿੱਤਾ ਹੈ ਜੀ। ਔਰ ਮੇਰੀ ਯਾਦ ਹੈ ਇੱਕ ਤੁਸੀਂ ਸ਼ਾਇਦ ਸੋਸ਼ਲ ਮੀਡੀਆ 'ਤੇ ਵੀ ਦੇਖੀ ਹੋਵੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆਈ ਸੀ ਜੀ, ਉਹ ਵੀਡੀਓ ਇੱਕ ਹਿੰਦੂ ਭਾਈ ਦੀ ਸੀ ਅਤੇ ਹਿੰਦੂ ਭਾਈ ਨੇ ਜਿਹੜੀ ਗੱਲ ਦਾ ਇੰਕਸ਼ਾਫ ਕੀਤਾ ਜੀ ਉਹ ਕੰਨ ਖੋਲਣ ਵਾਲੀ ਹੈ। ਉਹਨੇ ਕੀਤਾ ਸੀ ਕਿ ਜਿਹੜਾ ਇਹ ਜਿਹੜਾ ਸ਼ਿਰਡੀ ਮੰਦਰ ਹੈ ਦੱਖਣ ਦੇ ਵਿੱਚ, ਉਸ ਮੰਦਰ ਦੇ ਵਿੱਚ ਜਿਹੜਾ ਪ੍ਰਸ਼ਾਦ ਹੈ ਜਿਹੜਾ ਚੜਾਇਆ ਜਾਂਦਾ ਹੈ ਜੀ, ਪ੍ਰਸ਼ਾਦ ਜਿਹੜਾ ਲਿਆ ਜਾਂਦਾ ਹੈ, ਲੰਗਰ ਦਾ ਉੱਥੇ ਪ੍ਰਥਾ ਹੈ ਨਹੀਂ ਗੀ, ਅਤੇ ਪ੍ਰਸ਼ਾਦ ਹੈ ਜਿਹੜਾ ਪ੍ਰਸ਼ਾਦ ਜਿਵੇਂ ਹਰਿਮੰਦਰ ਸਾਹਿਬ ਜਾਂ ਦੂਜੇ ਗੁਰੂ ਘਰਾਂ ਦੇ ਵਿੱਚ ਆਪਾਂ ਖਾਣ ਵਾਸਤੇ ਲੋਕਾਂ ਨੂੰ ਪ੍ਰਸ਼ਾਦ ਮੁਫ਼ਤ ਦਿੰਦੇ ਹਾਂ ਜੀ ਸਾਡੇ ਗ੍ਰੰਥੀ ਸੱਜਣ, ਉੱਥੇ ਮੁਫ਼ਤ ਨਹੀਂ ਮਿਲਦਾ, ਉੱਥੇ ਤੁਹਾਨੂੰ ਮੁੱਲ ਲੈਣਾ ਪੈਂਦਾ ਜੀ। ਉਸ ਪ੍ਰਸ਼ਾਦ ਦੇ ਉੱਤੇ ਕਹਿੰਦੇ ਜਿਹੜੇ ਜੀ ਐਸ ਟੀ ਲੱਗਦਾ ਉਹਨੂੰ ਛੋਟ ਦਿੱਤੀ ਗਈ ਹੈ, ਲੇਕਿਨ ਹਰਿਮੰਦਰ ਸਾਹਿਬ ਵਾਲੇ ਜਾਂ ਹੋਰ ਗੁਰੂ ਘਰਾਂ ਦੇ ਉੱਤੇ ਜਿਹੜੇ ਜੀ ਐਸ ਟੀ ਕੋਈ ਛੋਟ ਨਹੀਂ ਸੀ ਉਹ ਲੱਗ ਰਹੀ ਹੈ। ਸੋ ਜਦੋਂ ਇਹ ਬਜਟ ਸੈਸ਼ਨ ਸੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰਤਾ ਕਿ ਪੰਜਾਬ ਸਰਕਾਰ ਜਿਹੜਾ ਆਪਣਾ ਹਿੱਸਾ ਬਜਟ ਦਾ ਜੀ ਐਸ ਟੀ ਟੈਕਸ ਦਾ ਉਹਨੂੰ ਅੱਜ ਹੀ ਖਤਮ ਕਰਦੀ ਹੈ, ਅਸੀਂ ਆਪਣਾ ਹਿੱਸਾ ਨਹੀਂ ਲਵਾਂਗੇ, ਆਪਣਾ ਹਿੱਸੇ ਦੀ ਪੰਜਾਬ ਦਾ ਹਿੱਸਾ ਜਿਹੜਾ ਉਹ ਟੈਕਸ ਨਹੀਂ ਉਗਰਾਇਆ ਜਾਊਗਾ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚੋਂ, ਦੁਰਗਿਆਣਾ ਮੰਦਰ ਚੋਂ, ਜਿੰਨੇ ਵੀ ਮਤਲਬ ਧਾਰਮਿਕ ਸਥਾਨ ਹੈ ਜਿੱਥੇ ਲੰਗਰ ਚੱਲਦੇ ਹੈ। ਤਾਂ ਇਹ ਗੱਲ ਬਹੁਤ ਵਧੀਆ ਸੀ, ਮੇਰਾ ਖਿਆਲ ਹੈ ਫਿਰ ਇਸੇ ਤੋਂ ਪ੍ਰੇਰਨਾ ਲਈ ਸਾਡੇ ਅੰਮ੍ਰਿਤਸਰ ਦੇ ਪਾਰਲੀਮੈਂਟ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜੀ, ਗੁਰਜੀਤ ਸਿੰਘ ਔਜਲਾ ਹੁਣ ਜਦੋਂ ਕੱਲ੍ਹ ਪਾਰਲੀਮੈਂਟ 'ਚ ਗਏ ਅਤੇ ਉਹਨਾਂ ਨੇ ਜਿਹੜਾ ਕਮੀਜ਼ ਪਾਇਆ ਹੋਇਆ ਸੀ ਜੀ, ਉਸ ਕਮੀਜ਼ ਦੇ ਉੱਤੇ ਉਹਨਾਂ ਨੇ ਇੱਕ ਸਲੋਗਨ ਪ੍ਰਿੰਟ ਕਰਵਾਇਆ ਹੋਇਆ ਸੀ ਕਿ ਗੁਰੂ ਘਰ ਨੂੰ ਜੀ ਐਸ ਟੀ ਤੋਂ ਛੋਟ ਦਿੱਤੀ ਜਾਵੇ। ਜਦੋਂ ਪਾਰਲੀਮੈਂਟ ਦੇ ਵਿੱਚ ਜਾ ਕੇ ਬੜੇ ਅਤੇ ਪਾਰਲੀਮੈਂਟ ਦੇ ਮੈਂਬਰਾਂ ਨੇ ਦੇਖਿਆ ਵੀ ਆਹ ਇੱਕ ਵੱਖਰੀ ਚੀਜ਼ ਆ ਗਈ, ਤਾਂ ਫਿਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ ਸੁਨੀਲ ਜਾਖੜ ਹੋਰੀ ਜੀ, ਸੁਨੀਲ ਜਾਖੜ ਨੇ ਆਪਣੇ ਐਮ ਪੀਜ਼ ਨੂੰ ਕਿਹਾ ਕਿ ਸਾਨੂੰ ਇਸ 'ਤੇ ਪ੍ਰੋਟੈਸਟ ਕਰਨਾ ਚਾਹੀਦਾ, ਦੇਸ਼ ਦਾ ਧਿਆਨ ਇੱਧਰ ਖਿੱਚਣਾ ਚਾਹੀਦਾ। ਉਹਨਾਂ ਦੇ ਨਾਲ ਚੌਧਰੀ ਸੰਤੋਖ ਸਿੰਘ ਹੋ ਗਏ, ਰਵਨੀਤ ਬਿੱਟੂ ਹੋ ਗਿਆ, ਜਾਖੜ ਸਾਹਿਬ ਆਪ ਹੋ ਗਏ, ਗੁਰਜੀਤ ਸਿੰਘ ਔਜਲਾ ਹੋ ਗਏ, ਔਰ ਇੱਕ ਲੜਕੀ ਹੈ ਰੰਜੀਤਾ ਰੰਜਨ ਜੀ, ਉਹ ਬਿਹਾਰ ਤੋਂ ਪਾਰਲੀਮੈਂਟ ਦੀ ਮੈਂਬਰ ਹੈ ਉਹ ਪੰਜਾਬਣ ਜੀ, ਬਿਹਾਰ ਦੇ ਵਿੱਚ ਉਹ ਮੈਰਿਡ ਹੈ ਪਰ ਉਹ ਮੂਲ ਰੂਪ ਦੇ ਵਿੱਚ ਪੰਜਾਬਣ ਹੈ, ਬਹੁਤ ਸੋਹਣੀ ਪੰਜਾਬੀ ਬੋਲਦੀ ਹੈ। ਤੁਸੀਂ ਦੇਖਿਆ ਉਹਨਾਂ ਜਦੋਂ ਨੋ ਕੰਨਫੀਡੈਂਸ ਮੋਸ਼ਨ ਆਇਆ ਸੀਗਾ ਇਹਨਾਂ ਦੇ ਖਿਲਾਫ਼ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਜੀ, ਉਦੋਂ ਉਹਨੇ ਬਹੁਤ ਵਧੀਆ ਪੰਜਾਬੀ ਦਾ ਭਾਸ਼ਣ ਦਿੱਤਾ ਸੀ, ਮੈਨੂੰ ਵੀ ਉਦੋਂ ਪਤਾ ਲੱਗਿਆ ਸੀ ਕਿ ਇਹ ਕੁੜੀ ਹੈ ਜਿਹੜੀ ਇਹ ਪੰਜਾਬਣ ਹੈ ਜੀ, ਉਹ ਹੋ ਗਈ। ਔਰ ਉਹਨਾਂ ਨੇ ਜਦੋਂ ਪ੍ਰੋਟੈਸਟ ਵਾਸਤੇ ਵੀ ਆਪਾਂ ਪ੍ਰੋਟੈਸਟ ਕਰੀਏ ਤਾਂ ਮੈਂ ਸਮਝਦਾ ਵੀ ਇਹ ਸੁਨੀਲ ਜਾਖੜ ਜੀ ਦੇ ਵਿੱਚ ਜਿਹੜੇ ਕਾਬਲ ਲੀਡਰ ਵਾਲੇ ਗੋੜੇ ਉਹਨਾਂ ਦਾ ਪ੍ਰਗਟਾਵਾ ਕੱਲ੍ਹ ਹੋਇਆ, ਉਹ ਤਾਂ ਪਰਸੋਂ ਹੀ ਗਿਆ ਸੀ ਜੀ, ਪਰਸੋਂ ਵੀ ਜਦੋਂ ਤੁਸੀਂ ਦੇਖਿਆ ਹੋਣਾ ਜਿਹਦੇ ਪਰਸੋਂ ਜਾਂ ਚੌਥੇ ਦੀ ਗੱਲ ਹੈ, ਮੈਂ ਪੱਕੀ ਨਹੀਂ ਕਹਿ ਸਕਦਾ, ਜਿਹੜੇ ਸਾਡੇ
ਇਰਾਕ ਦੇ ਵਿੱਚ 39 ਭਾਰਤੀ ਮਾਰੇ ਗਏ ਸੀ ਜੀ, ਪੰਜਾਬ ਵਾਲੇ ਜਿਹੜੇ ਸਾਡੇ ਪੰਜਾਬੀ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ 5-5 ਲੱਖ ਰੁਪਏ ਦੀ ਰਾਹਤ ਤੇ 1-1 ਜੀ ਨੂੰ ਨੌਕਰੀ ਦਿੱਤੀ ਸੀ ਜੀ, ਲੇਕਿਨ ਭਾਰਤ ਸਰਕਾਰ ਨੇ ਗੋਗਾ ਨਹੀਂ ਸੀ ਕੀਤਾ। ਇੱਥੋਂ ਤੱਕ ਕਿ ਜਿਹੜੇ ਸਾਡੇ ਵਿਦੇਸ਼ ਰਾਜ ਮੰਤਰੀ ਹੈ ਜਨਰਲ ਵੀ ਕੇ ਸਿੰਘ ਹੋਰਾਂ ਨੇ ਤਾਂ ਹੋਰ ਹੀ ਉਲਝਲ ਦੀਆਂ ਗੱਲਾਂ ਕਹਿ ਕੇ ਲੋਕਾਂ ਨੂੰ ਸਗੋਂ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਹੀ ਕੀਤੀ ਸੀ। ਤਾਂ ਉਦੋਂ ਜਾਖੜ ਸਾਹਿਬ ਆਪਣੇ ਐਮ ਪੀਜ਼ ਨੂੰ ਲੈ ਕੇ ਪ੍ਰੋਟੈਸਟ ਕੀਤਾ ਬਾਹਰ, ਉਹਨਾਂ ਨੇ ਪਾਰਲੀਮੈਂਟ ਦੀ ਛੱਤ ਤੇ ਵੀ ਚੜ ਗਏ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਜਬੂਰ ਹੋਣਾ ਪਿਆ, ਐਲਾਨ ਕਰਨਾ ਪਿਆ ਕਿ ਹਰ ਪੀੜਤ ਪਰਿਵਾਰ ਨੂੰ 10-10 ਲੱਖ ਰੁਪਏ ਦੀ ਰਾਹਤ ਮਿਲੇਗੀ। ਕਾਬਲੀਅਤ ਤਾਂ ਵੈਸੇ ਉਹਨਾਂ ਨੇ ਦਿਖਾਤੀ ਸੀ, ਲੇਕਿਨ ਜਿਹੜੀ ਸਹੀ ਕਾਬਲੀਅਤ ਸਟੇਟ ਪ੍ਰਤੀ, ਆਪਣੇ ਸੂਬੇ ਪ੍ਰਤੀ, ਆਪਣੇ ਜਿਹੜਾ ਹੈਗਾ ਸਾਡੇ ਧਾਰਮਿਕ ਅਦਾਰਿਆਂ ਪ੍ਰਤੀ, ਜੋ ਸਾਰਿਆਂ ਦਾ ਰਲ ਮਿਲ ਕੇ ਚੱਲਣ ਦਾ ਇੱਕ ਫਰਜ਼ ਬਣਦਾ ਸੀ, ਉਹਦੇ ਤੇ ਜਾਖੜ ਸਾਹਿਬ ਪੂਰੇ ਉਤਰੇ। ਜਾਖੜ ਸਾਹਿਬ ਗਏ ਅਕਾਲੀ ਦਲ ਵਾਲਿਆਂ ਕੋਲੇ ਜੀ, ਅਕਾਲੀ ਦਲ ਦੇ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਮੈਂਬਰ 3 ਹੈ, ਲੇਕਿਨ ਉਹਨਾਂ ਨੂੰ ਇਮੀਡੀਏਟ 2 ਬੰਦਿਆਂ ਨਾਲ ਕੰਟੈਕਟ ਹੋਇਆ ਜੀ, ਜਿਨ੍ਹਾਂ ਦੇ ਵਿੱਚ ਇੱਕ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੈ, ਕੇਂਦਰ ਦੇ ਵਿੱਚ ਪਹਿਲਾਂ ਉਹ ਵਜ਼ੀਰ ਰਹਿ ਚੁੱਕੇ, ਦੂਜੇ ਸਰਦਾਰ ਬਲਵਿੰਦਰ ਸਿੰਘ ਫੂਲੜਾ ਹੈ ਜੀ। ਜਾਖੜ ਸਾਹਿਬ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਲੰਗਰ ਦਾ ਮਾਮਲਾ ਹੈ, ਅਸੀਂ ਕਾਂਗਰਸੀ ਹਾਂ, ਇਹ ਠੀਕ ਹੈ ਵੀ ਤੁਹਾਡੀ ਐਨ ਡੀ ਏ ਦੇ ਤੁਸੀਂ ਮੈਂਬਰ ਹੋ ਅਕਾਲੀ ਦਲ ਵਾਲੇ, ਔਰ ਐਨ ਡੀ ਏ ਦੀ ਹਮਾਇਤ ਮੋਦੀ ਸਾਹਿਬ ਦੀ ਸਰਕਾਰ ਨੂੰ ਹੈ, ਪਰ ਜੀ ਐਸ ਟੀ ਤਾਂ ਗੁਰੂ ਘਰ ਤਾਂ ਸਾਡਾ ਸਭ ਦਾ ਸਾਂਝਾ, ਇਹਦੇ ਤੋਂ ਜੀ ਐਸ ਟੀ ਹਟਾਉਣ ਵਾਸਤੇ ਸਾਨੂੰ ਚਾਹੀਦਾ। ਆਪਾਂ ਵੈਸੇ ਵੀ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਹੀ ਇਹ ਮੰਗ ਕੀਤੀ ਹੋਈ ਸੀ ਕਿ ਜੀ ਐਸ ਟੀ ਤੋਂ ਸਾਨੂੰ ਛੋਟ ਦਿੱਤੀ ਜਾਵੇ, ਲੇਕਿਨ ਨਹੀਂ ਗੌਲਿਆ ਮੋਦੀ ਸਰਕਾਰ ਨੇ। ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਕੈਬਨਿਟ ਦੀ ਵਜ਼ੀਰ ਹੈ, ਉਹਨਾਂ ਨੇ ਜੇਤਲੀ ਸਾਹਿਬ ਨੂੰ ਉਚੇਚੇ ਤੌਰ ਤੇ ਕਿਹਾ ਕਿ ਜੇਤਲੀ ਸਾਹਿਬ ਇਹ ਗੁਰੂ ਘਰ ਦਾ ਮਾਮਲਾ ਹੈ, ਤੁਸੀਂ ਮਾਫ਼ ਕਰ ਦਿਓ, ਲੇਕਿਨ ਉਹਨਾਂ ਨੇ ਨਹੀਂ ਗੌਲਿਆ। ਹੁਣ ਵੀ ਕਹਿੰਦੇ ਬੀਬੀ ਨੇ ਕੁਛ ਕਿਹਾ ਸੀ, ਲੇਕਿਨ ਜਿਸ ਵਿਲੱਖਣ ਤਰੀਕੇ ਦੇ ਨਾਲ ਜੀ ਪੰਜਾਬ ਦੇ ਪਾਰਲੀਮੈਂਟ ਦੇ ਮੈਂਬਰ ਕੱਲ੍ਹ ਬਾਹਰ ਆਏ, ਉਹਨਾਂ ਦੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਸੀ, ਨਵਾਂ ਨਵਾਂ ਬੰਦਾ ਜਦੋਂ ਬਾਹਰ ਕਹਿ ਰਹੀ ਨਾ ਜੀ ਸਰਕਾਰ ਦੇ ਖਿਲਾਫ਼ ਆਪਦੀ ਜਾਣਾ ਚਾਹੀਦਾ ਹੈ, ਜਾਣਾ ਪੈਂਦਾ, ਉਦੋਂ ਫਿਰ ਉਹ ਥੋੜ੍ਹੇ ਜਿਹੇ ਤੱਤੇ ਨਹੀਂ ਹੁੰਦੇ ਜੀ। ਇਹ ਵੱਖਰੀ ਗੱਲ ਹੈ ਵੀ ਭੂੰਦੜ ਸਾਹਿਬ ਦੇ ਅਤੇ ਢੀਂਡਸਾ ਸਾਹਿਬ ਦੇ ਹੱਥਾਂ ਦੇ ਵਿੱਚ ਤਖਤੀਆਂ ਨਹੀਂ ਸੀ ਜਿਹਦੇ ਵਿੱਚ ਇਹ ਮੰਗ ਕੀਤੀ ਹੋਵੇ ਕਿ ਜੀ ਐਸ ਟੀ ਮਾਫ਼ ਕਰੋ ਮਾਫ਼ ਕਰੋ। ਲੇਕਿਨ ਬਾਕੀ ਜਿਹੜੇ ਸੀਗੇ ਜਾਖੜ ਸਾਹਿਬ ਸੀ, ਔਜਲਾ ਸਾਹਿਬ, ਰਵਨੀਤ ਬਿੱਟੂ ਹੈ, ਚੌਧਰੀ ਸੰਤੋਖ ਸਿੰਘ ਹੈ, ਇਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਸੀ ਜਿਨ੍ਹਾਂ 'ਤੇ ਲਿਖਿਆ ਹੋਇਆ ਸੀ ਕਿ ਜੀ ਐਸ ਟੀ ਨੂੰ ਮਾਫ਼ ਕਰੋ। ਪਰ ਮੈਨੂੰ ਬੜੀ ਸੰਤੁਸ਼ਟੀ ਹੋਈ, ਬੜੀ ਖੁਸ਼ੀ ਹੋਈ ਜੀ ਕਿ ਜਾਖੜ ਸਾਹਿਬ ਦੇ ਨਾਲ ਭੂੰਦੜ ਸਾਹਿਬ ਵੀ ਖੜੇ ਹੈ, ਔਰ ਸੀਨੀਅਰ ਸਾਡੇ ਲੀਡਰ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਨੰਬਰ 'ਤੇ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਵੀ ਉਹਨਾਂ ਦੇ ਨਾਲ ਖੜ ਕੇ ਦਿਖਾਇਆ ਕਿ ਅਸੀਂ ਆਪਣੇ ਸੂਬੇ ਦੇ ਮਾਮਲੇ 'ਚ, ਆਪਣੇ ਧਰਮ ਦੇ ਮਾਮਲੇ 'ਚ, ਧਰਮ ਹੀ ਉਹ ਹੈ ਜੀ ਜੀ ਜਿਹੜਾ ਸਾਰੇ ਮਨੁੱਖਤਾ ਦਾ ਭਲਾ ਮੰਗਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਜਿਹੜਾ ਕਹਿੰਦਾ ਹੈ, ਔਰ ਉਹਨੇ ਬਗੈਰ ਵਿਤਕਰੇ ਤੋਂ ਇੱਕ ਲੰਗਰ ਦੀ ਪ੍ਰਥਾ ਤੋਰੀ ਹੋਈ ਹੈ ਸਾਡੇ ਗੁਰੂ ਕਾਲ ਤੋਂ ਤੁਰੀ ਆਉਂਦੀ ਹੈ ਜੀ, ਵੀ ਉਹਦੇ 'ਤੇ ਜਿਹੜਾ ਤੁਸੀਂ ਟੈਕਸ ਲਾਇਆ ਨਾ, ਇਹ ਟੈਕਸ ਮਾਫ਼ ਕਰ ਦਿਓ। ਅਤੇ ਮੈਨੂੰ ਉਮੀਦ ਨਹੀਂ, ਯਕੀਨ ਹੈ ਕਿ ਪਾਰਲੀਮੈਂਟ ਦੇ ਮੈਂਬਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜਾ ਸਾਂਝਾ ਉੱਦਮ ਕੀਤਾ ਹੈ ਜੀ, ਇਹਦਾ ਸ਼ਾਇਦ ਭਾਰਤ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪਵੇ ਕਿ ਗੁਰੂ ਘਰਾਂ ਤੋਂ ਜਿਹੜਾ ਅਸੀਂ ਟੈਕਸ ਲੈਂਦੇ ਹਾਂ, ਟੈਕਸ ਛੱਡਣਾ ਚਾਹੀਦਾ।